ਮੈਂ ਲੱਖ ਤੇ ਪਹਾੜੀਆਂ ਰਾ ਰੋਕਣਾ ਕਦੇ ਵਹਿਣ ਦਰਿਆਵਾਂ ਦੇ ਰੁੱਕਦੇ ਨਾ ਥੜਕ ਜਾਂਦੇ ਚਮਕਮਜ਼ੋਰ ਦਿਲਾਂ ਵਾਲੇ ਐਪਰ ਪ੍ਰੇਮੀ ਸੱਚੇ ਨਿਸ਼ਾਨੇ ਤੋਂ ਉੱਕਦੇ ਨਾ ਉਹ ਸਾਹਮਣੇ ਵੇਖ ਸ਼ਿਕਾਰ ਫਿਰਦਾ ਸ਼ੇਰ ਘੁਰਨਿਆਂ ਦੇ ਵਿੱਚ ਕਦੇ ਲੁਕਦੇ ਨਾ ਮਰਦ ਮਰ ਜਾਂਦੇ ਆਪਣੀ ਆਨ ਬਦਲੇ ਵੈਰੀ ਅੱਗੇ ਕਦੇ ਵੀ ਝੁੱਕਦੇ ਨਾ ਮਰਦ ਮਰ ਜਾਂਦੇ ਆਪਣੀ ਆਨ ਬਦਲੇ ਵੈਰੀ ਅੱਗੇ ਕਦੇ ਵੀ ਝੁੱਕਦੇ ਨਾ ਬੋਲੇ ਸੁਨਹਿਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕੂ ਦਿੱਲੀਏ ਡਾਕੂ ਦਿੱਲੀਏ ਨਹੀਂ ਡਾਕੂ ਦਿੱਲੀਏ ਹੁਣ ਤੂੰ ਬਚਣ ਦੀ ਸੋਚ ਜਾਗੇ ਜਾਗੇ ਨਹੀਂ ਹੁਣ ਪਿੰਡਾਂ ਦੇ ਲੋਕ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਟਾਲੀ ਵਿਖੇ ਜਿੱਥੇ ਕਿ ਇਥੋਂ ਦੇ ਨੌਜਵਾਨ ਵੀਰਾਂ ਵੱਲੋਂ ਧਰਨੇ ਵੀ ਜਾਣ ਵਾਸਤੇ ਰਸ ਵੀ ਇਕੱਠੀ ਕੀਤੀ ਗਈ ਹੈ ਤੇ ਨੌਜਵਾਨ ਵੀਰ ਭਾਰੀ ਗਿਣਤੀ 'ਚ ਧਰਨੇ ਵੀ ਜਾਣ ਲਈ ਤਿਆਰ ਵੀ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਨੇ ਇਹਨਾਂ ਦੀ ਅੱਜ ਦੀ ਕੀ ਰਣਨੀਤੀ ਰਹੂਗੀ ਹਾਂਜੀ ਵੀਰ ਜੀ ਅੱਜ ਦੀ ਆਪਣੀ ਕੀ ਰਣਨੀਤੀ ਹੋਗੀ ਜੀ ਫਿਰ ਉਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸਿਓਂ ਫੌਜੀਆਂ ਭਾਰੀਆਂ ਨੇ ਜੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਕਿਸੇ ਕਾਰਨ ਠੀਕ ਹੈ ਵੀ ਸਾਡੇ ਹੱਥੋਂ ਸਾਡਾ ਰਾਜ ਖੁੱਸਿਆ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ ਇਹਨਾਂ ਲੋਕਾਂ ਨੂੰ ਉਸ ਰਾਜ ਤੋਂ ਕੁਸ਼ਿਸ਼ਾ ਲੈਣੀ ਚਾਹੀਦੀ ਵੀ ਕਿਸ ਤਰ੍ਹਾਂ ਉਹ ਸਰਬ ਧਰਮ ਸਰਪੰਨ ਰਾਜ ਸੀ ਜਿਸ ਦੇ ਵਿੱਚ ਸਾਰੇ ਲੋਕ ਖੁਸ਼ ਸਨ ਲੇਕਿਨ ਸਾਡੀ ਬਦਕਿਸਮਤੀ ਹੈ ਅਸੀਂ ਜਿਨ੍ਹਾਂ ਲੋਕਾਂ ਨੂੰ ਆਜ਼ਾਦੀ ਦਿਵਾਈ ਇਹ ਲੋਕ ਭੁੱਲ ਚੁੱਕੇ ਨੇ ਸੈਂਟਰ ਦੀਆਂ ਸਰਕਾਰਾਂ ਅੱਜ ਪੰਜਾਬ ਦੇ ਨਾਲ ਪੰਜਾਬ ਦੇ ਆਵਾਮ ਦੇ ਨਾਲ ਇਹ ਲੋਕ ਹੁਣ ਦਗਾ ਵੀ ਕਰ ਰਹੀਆਂ ਕਿਰਤ ਕਰਨ ਹੋ ਕੇ ਸਾਨੂੰ ਮਾਰਨ ਤੇ ਤਲ ਚੁੱਕੀਆਂ ਨੇ ਇਹਨਾਂ ਨੇ ਸਾਡੇ ਵਿਰੁੱਧ ਜਿਹੜੇ ਫਰਮਾਨ ਜਾਰੀ ਕੀਤੇ ਨੇ ਜਿਹੜੇ ਕਾਲੇ ਕਾਨੂੰਨ ਐ ਇਹਨਾਂ ਵਾਸਤੇ ਪੰਜਾਬ ਦਾ ਬੱਚਾ ਬੱਚਾ ਜਾਗ ਚੁੱਕਿਆ ਏ ਸੋ ਮੇਰੇ ਨਗਰ ਪਿੰਡ ਬਡਾਲੀ ਨੇੜੇ ਕੁਰਾਲੀ ਜ਼ਿਲ੍ਹਾ ਰੋਪੜ ਇੱਥੋਂ ਵੀਰਾਂ ਨੇ ਕਾਫੀ ਦਿਨ ਤੋਂ ਬੜੀ ਤਹਿ ਦਿਲ ਤੋਂ ਬੜੇ ਮਤਸ਼ੱਕਤ ਕਰਦੇ ਹੋਏ ਕਾਫੀ ਮੇਰੇ ਖਿਆਲ ਦੇ ਵਿੱਚ ਸਾਨੂੰ ਪੈਸੇ ਦੀ ਬਹੁਤ ਮਾਤਰਾ ਦੇ ਵਿੱਚ ਮਾਇਆ ਦਾ ਇਕੱਠਾ ਇਕੱਠਾ ਇਕਤਾਰ ਇਕੱਠੀ ਹੋਈ ਹੈ ਅਨਾਜ ਬਹੁਤ ਇਕੱਠਾ ਹੋਇਆ ਹੈ ਚਾਹੇ ਮੇਰੇ ਖਿਆਲ ਚ ਸਾੜਾ 6 ਮਹੀਨੇ ਲੱਗ ਜਾਣ ਸਾਲ ਲੱਗ ਜਾਣ ਸਾਡੇ ਕੋਲ ਕੋਈ ਟੋਟ ਨਹੀਂ ਸਾਨੂੰ ਐਨ ਆਰ ਆਈ ਵੀਰਾਂ ਵੱਲੋਂ ਇੱਥੇ ਤੇ ਕਰ ਕਹਿ ਦਿੱਤਾ ਗਿਆ ਹੈ ਵੀ ਜਿੰਨਾ ਮਰਜ਼ੀ ਰੁਪਈਆ ਲੱਗ ਜਵੇ ਕਿਸੇ ਚੀਜ਼ ਦੀ ਫਿਕਰ ਨਹੀਂ ਕਰਨੀ ਸੋ ਆ ਦੇਖੋ ਆ ਟ੍ਰੈਲੀ ਭਰ ਚੁੱਕੀ ਹੈ ਦੋ ਟ੍ਰੈਲੀਆਂ ਸਾਢੇ ਪੰਜ ਤੋਂ ਤਿਆਰ ਆਂ ਰਾਸਣ ਹਰ ਇੱਕ ਚੀਜ਼ ਬਹੁਤ ਤਾਤ ਮਾਤਰਾ ਦੇ ਵਿੱਚ ਅਸੀਂ ਇਕੱਠੀ ਕਰ ਲਈ ਸੋ ਉੱਥੇ ਜਾਣ ਦੇ ਲਈ ਹੁਣ ਇਹਨਾਂ ਲੋਕਾਂ ਨੂੰ ਇਹਨਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਏ ਵੀ ਇਹ ਕਿਸੇ ਰਾਜਨੀਤੀ ਲੋਕਾਂ ਦਾ ਕੱਟ ਨਹੀਂ ਇਹ ਪੰਜਾਬ ਦਾ ਆਬਾਮ ਜਾ ਚੁੱਕਿਆ ਏ ਇੱਥੋਂ ਦਾ ਪਛਿੰਦਾ ਦੇਖੋ ਬੱਚੇ ਤੱਕਰ ਵੀ ਦੁਖੀ ਆਂ ਇਹਨਾਂ ਨੂੰ ਪਤਾ ਵੀ ਕਾਲੇ ਕਾਨੂੰਨ ਕਿਸ ਤਰ੍ਹਾਂ ਦੇ ਸ਼ਾਹੀ ਫਰਮਾਨ ਨੇ ਸੋ ਇਹਨਾਂ ਦੇ ਪ੍ਰਸ਼ਾਸਨ ਆਪਾਂ ਤਕਰੀਬਨ ਐਮ ਐਲ ਏ ਮੰਤਰੀ ਆਪਾਂ ਇਹਨੇ ਜਿਤਾਏ ਅੱਜ ਕੋਈ ਆਪਣੇ ਨਾਲ ਉਹ ਵੀ ਜਾ ਰਿਹਾ ਆਪਣੇ ਨਾਲ ਨਹੀਂ ਦੇਖੋ ਅਸੀਂ ਕਿਸੇ ਤੋਂ ਆਸੇ ਨਹੀਂ ਰੱਖਦੇ ਇੱਕ ਇੱਕ ਕਿਸਾਨੀ ਸੰਘਰਸ਼ ਹੈ ਸਾਨੂੰ ਕਿਸੇ ਰਾਜਨੀਤੀ ਲੋਕਾਂ ਦੀ ਲੋੜ ਨਹੀਂ ਇਹ ਲੋਕ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਖੁਦਮ ਤਿਆਰ ਲੋਕਾਂ ਦਾ ਸੰਘਰਸ਼ ਹੈ ਸੋ ਇਹਨਾਂ ਲੋਕਾਂ ਨੇ ਆਪ ਲੜਨਾ ਹੈ ਸਾਨੂੰ ਕਿਸੇ ਦੇ ਆਸਰਾ ਤੱਕਣ ਦੀ ਨਾ ਲੋੜ ਹੈ ਨਾ ਜ਼ਰੂਰਤ ਹੈ ਜੇ ਮੰਨ ਲਓ ਆਪਾਂ ਦਿੱਲੀ ਨਹੀਂ ਬੜਨ ਤੇ ਫਿਰ ਆਪਣੀ ਰਾਣੀ ਚ ਕੀ ਰਹੂਗੀ ਜੋ ਸਾਡੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਜੋ ਸਾਡੇ ਆਗੂ ਲੀਡਰ ਸਹਿਬਾਨ ਹੈ ਉਨ੍ਹਾਂ ਵੱਲੋਂ ਜੋ ਵੀ ਸਾਨੂੰ ਹਦਾਇਤ ਦਿੱਤੀ ਜਾਊਗੀ ਅਸੀਂ ਉਹ ਹਦਾਇਤੇ ਪਾਲਣ ਕਰਾਂਗੇ ਜੇ ਉਹ ਕਹਿਣਗੇ ਵੀ ਸਾਨੂੰ ਅਸੀਂ ਦਿੱਲੀ ਟੱਪਣੇ ਟੱਪਣਾ ਕਿਸੇ ਵੀ ਹਾਲ ਦੇ ਵਿੱਚ ਤਾਂ ਵੀ ਸਾਨੂੰ ਇਹ ਰੋਕ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਾੜ ਲੈਣ ਕੇਂਦਰ ਸਰਕਾਰ ਜੇ ਉਹ ਕਹਿਣਗੇ ਵੀ ਹਾਂ ਜੀ ਕਿਸੇ ਤਰੀਕੇ ਨਾਲ ਕਿਉਂਕਿ ਉਨ੍ਹਾਂ ਵੱਲੋਂ ਹਦਾਇਤ ਦਿੱਤੀ ਗਈ ਬਿਕ ਜਿਹੜਾ ਸੰਘਰਸ਼ ਹੈ ਸ਼ਾਂਤਮਈ ਰੱਖਣਾ ਜੇ ਉਹ ਕਹਿ ਦਿੰਦੇ ਵੀ ਸ਼ਾਸਤਰ ਲੈ ਕੇ ਆਜੋ ਅਸੀਂ ਤਾਂ ਇੱਥੋਂ ਤੱਕ ਕਰਤੇ ਆਰ ਤੇ ਵੀ ਅਸੀਂ ਸ਼ਾਸਤਰ ਲੈ ਕੇ ਪਹੁੰਚ ਜਾਂਦੇ ਇੱਕ ਵਾਰ ਦੇਖ ਲੈਂਦੇ ਦੋ ਦੋ ਹੱਥ ਪਰ ਲੇਕਿਨ ਨਹੀਂ ਇਹ ਕਿਸ ਸਾਡਾ ਸੰਘਰਸ਼ ਹੈ ਸ਼ਾਂਤਮਈ ਹੈ ਸੋ ਜਿੱਥੇ ਉਹ ਕਹਿਣਗੇ ਵੀ ਬੈਠ ਜਾਓ ਇਹਨਾਂ ਦੀ ਮਕਾਨ ਉੱਥੀ ਬੈਠ ਕੇ ਅਸੀਂ ਦਾਮ ਦਵਾਂਗੇ ਤੇ ਇਹਨਾਂ ਨੂੰ ਦਿਖਾਵਾਂਗੇ ਆ ਦੇਖੋ ਮੀਂਹ ਦੇ ਵਿੱਚ ਕਿਸ ਤਰ੍ਹਾਂ ਸੰਗਤ ਖੜੀ ਦੇਖੋ ਇਹ ਲੋਕਾਂ ਦਾ ਦਰਦ ਬੋਲ ਰਿਹਾ ਹੈ ਕੋਈ ਆਏ ਨਹੀਂ ਵੀ ਉਹ ਜਿਸ ਤਰ੍ਹਾਂ ਕਹਿੰਨੇ ਨਹੀਂ ਤਾਂ ਕਹਿੰਨੇ 2-4% ਲੋਕ ਹੈ 2-4% ਨਹੀਂ ਅੱਜ ਸਾਰਾ ਸਾਰਾ ਹੀ ਨਗਰ ਬਡਾਲੀ ਘਰਾਂ ਤੇ ਬਾਹਰ ਨਿਕਲਿਆ ਪਾਇ 2000 ਅਸੀਂ ਤਾਂ ਦੋ ਡਿਊਟੀਆਂ ਵੀ ਲਾਈਆਂ ਵਿਆਂ ਇਹ ਜੇ ਸੰਘਰਸ਼ ਲੰਬਾ ਚੱਲੂਗਾ ਅਸੀਂ 8 ਦਿਨ ਇਹ ਸਾਰੀ ਸੰਗਤ ਜਿਹੜੀ ਹੁਣ ਜਾਊਗੀ ਬੈਠੂਗੀ 8 ਦਿਨ ਤੇ ਬਾਅਦ ਅਸੀਂ ਫਿਰ ਚੇਂਜ ਕਰ ਦਾਂਗੇ 8 ਦਿਨ ਤੇ ਬਾਅਦ ਸਾਡੇ ਫਿਰ ਦੂਜੇ ਵੀਰ ਉੱਥੇ ਜਾ ਕੇ ਧਰਨੇ ਦੇ ਵਿੱਚ ਸ਼ਾਮਲ ਤੁਸੀਂ ਦੇਖ ਸਕਦੇ ਆ ਜੀ ਸੰਗਤ ਜਾਣ ਲਈ ਟਰਾਲੀ ਦੇ ਵਿੱਚ ਪਿਆਰ ਵਰ ਪਿਆਰ ਹੈ ਇਹ ਟਰਾਲੀ ਦੇ ਅੰਦਰ ਦਾ ਦਰਸ਼ਤੋਂ ਤਾਂ ਖਾ ਰਹੇ ਆ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਪਾਸ਼ਾ ਹਾਂ ਜੀ ਪਿਆਰ ਹੈ ਜੀ ਹਾਂ ਜੀ ਹਾਂ ਪਿਆਰ ਹੈ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੁਸੀਂ ਦੇਖ ਲਿਆ ਜੀ ਤਕਰੀਬਨ ਪੂਰਾ ਪੰਜਾਬ ਜਾਗ ਚੁੱਕਿਆ ਏ ਪਿੰਡਾਂ ਦੇ ਲੋਕ ਜਾਗ ਚੁੱਕੇ ਨੇ ਤੇ ਹੁਣ ਇਹਨਾਂ ਦਾ ਕਹਿਣਾ ਵੀ ਜੇ ਸੰਘਰਸ਼ ਲੰਬਾ ਹੁੰਦਾ ਤਾਂ ਅਸੀਂ ਡਿਊਟੀਆਂ ਲਾਵਾਂਗੇ ਵੱਖ-ਵੱਖ ਵੀ 8-8 ਦਿਨ ਦੀ ਅਸੀਂ ਜਥੇ ਬਣਾ ਕੇ ਭੇਜਾਂਗੇ ਤੇ ਜੇ ਸੰਘਰਸ਼ ਲੰਬਾ ਹੁੰਦਾ ਤੇ ਬਾਕੀ ਜੋ ਅਗਲਾ ਪ੍ਰੋਗਰਾਮ ਇਹਨੂੰ ਕਿਸਾਨ ਯੂਨੀਅਨ ਦੇएगी ਜੇ ਦਿੱਲੀ ਨਹੀਂ ਜਾਣ ਦਿੱਤੇ ਜਾਂਦੇ ਤੇ ਰਸਤੇ ਜਿੱਥੇ ਵੀ ਬੈਠਣਾ ਦਾ ਹੋਊਗਾ ਤੇ ਉਹ ਵੀ ਤੁਹਾਨੂੰ ਦੱਸਿਆ ਜਾਊਗਾ ਤੇ ਤੁਸੀਂ ਬਣੇ ਰਹੋ ਖਾਲ ਸਾਡੀ ਬੀਨੂ ਚੰਡੀਗੜ੍ਹ ਦੇ ਨਾਲ ਤੇ ਜਿਹੜੇ ਵੀਰ ਹਲੇ ਤੱਕ ਨਹੀਂ ਪਹੁੰਚੇ ਹਲੇ ਕਾਰਾਂ ਜਿਹੜੀਆਂ ਸੋਨੇ ਦੇ ਕੰਦਾ ਬਾਕੀ ਰਹਿੰਦੀਆਂ ਏ ਉਹ ਵੀਰੋਂ ਛੱਡ ਦੋ ਸੋਨੇ ਦੇ ਕੰਦਾ ਬਣਾਉਣੀਆਂ ਆਪਾਂ ਆ ਕੇ ਬਣਾ ਲਾਂਗੇ ਜੇ ਜੰਗ ਜਿੱਤ ਕੇ ਆ ਕੇ ਬਣਾ ਲਾਂਗੇ ਪਰ ਹੁਣ ਹਰੇਕ ਵੀਰ ਨੂੰ ਅਸੀਂ ਖਾਲਸਾ ਟੀਵੀ ਚੈਨਲ ਦੁਆਰਾ ਵੀ ਅਪੀਲ ਕਰਦੇ ਆ ਕਿ ਉਹ ਵੱਧ ਤੋਂ ਵੱਧ ਧਰਨੇ ਵਿੱਚ ਸ਼ਾਮਲ ਹੋਵੋ ਤੇ ਤਾਂ ਕਿ ਜੋ ਆਪਾਂ ਜੋ ਜੰਗ ਇਹ ਸ਼ੁਰੂ ਕੀਤੀ ਹੈ ਇਸ ਨੂੰ ਜਿੱਤ ਕੇ ਵਾਪਸ ਮੁੜ ਸਕੀਏ ਸੋ ਤੁਸੀਂ ਦੇਖ ਲਿਆ ਤੇ ਅੱਜ ਇਹ ਪਿੰਡ ਬਡਾਲੀ ਦੀਏ ਤੁਹਾਨੂੰ ਕਵਰੇਜ ਦਿਖਾਈ ਅਸੀਂ ਤੇ ਹੁਣ ਅੱਜ ਤੋਂ ਤੁਹਾਨੂੰ ਵੱਖ-ਵੱਖ ਟੋਲ ਪਲਾਜ਼ਿਆਂ ਦੀ ਤੇ ਰੋਡਾਂ ਦੇ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ ਸ਼ਾਮ ਤੱਕ ਤੇ ਤੁਸੀਂ ਬਣੇ ਰਹਿਣਾ ਜੀ ਖਾਲਸਾ ਢੇ ਬੀਨੂ ਚੰਡੀਗੜ੍ਹ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੰਦਾਬਾਦ ਕਿਸਾਨ ਜੂਨੀਅਰ ਜਿੰਦਾਬਾਦ ਕਿਸਾਨ ਜੂਨੀਅਰ ਜਿੰਦਾਬਾਦ ਕਿਸਾਨ ਇਕਾ ਜਿੰਦਾਬਾਦ